ਅੱਜ ਜਨਰਲ ਸਮਾਜ ਅਤੇ ਹਿੰਦੂ ਸਮਾਜ ਵੱਲੋਂ ਜੇਲ੍ਹ ਵਿੱਚ ਬੰਦ ਚਾਰ ਬੇਕਸੂਰ ਹਿੰਦੂ ਨੇਤਾਵਾਂ ਦੀ ਰਿਹਾਈ ਲਈ ਫਗਵਾੜਾ ਦੇ ਗਾਂਧੀ ਚੌਂਕ ਵਿੱਚ ਇੱਕ ਭਾਰੀ ਇਕੱਠ ਵਿੱਚ ਧਰਨਾ ਲਾਇਆ ਗਿਆ। ਇਸ ਮੌਕੇ ਜਨਰਲ ਸਮਾਜ ਅਤੇ ਹਿੰਦੂ ਸਮਾਜ ਵੱਲੋਂ SDM ਫਗਵਾੜਾ ਨੂੰ ਮੰਗ ਪੱਤਰ ਦਿੱਤਾ ਗਿਆ। ਉਹਨਾਂ ਕਿਹਾ ਕਿ ਜੇਕਰ 24 ਫਰਵਰੀ ਤੱਕ ਕੋਈ ਵੀ ਸੁਣਵਾਈ ਨਾ ਹੋਈ ਤਾਂ 24 ਤਰੀਕ ਤੋਂ ਜਨਰਲ ਸਮਾਜ ਅਤੇ ਹਿੰਦੂ ਸਮਾਜ ਭੁੱਖ ਹੜਤਾਲ 'ਤੇ ਬੈਠੇਗਾ। ਵਤਨ ਕੀ ਰਾਹੇ ਤੋਂ ਸੁਨੀਤਾ ਮੈਦਾਨ ਦੀ ਰਿਪੋਰਟ। ਇੱਦਾਂ ਦੀਆਂ ਮੰਗਾਂ 2-3 ਹੋਰ ਜਿਹੜੀਆਂ ਲਿਖੀਆਂ ਹੋਈਆਂ, ਪਰ ਸਾਨੂੰ ਇਹ ਤੁਸੀਂ ਯਕੀਨ ਦਿਵਾਓ ਵੀ ਇਹ ਪੂਰੀਆਂ ਹੋਣੀਆਂ। ਇੱਦਾਂ ਨਾ ਹੋਵੇ ਇੱਥੇ ਲਾਰੀ ਲੱਗਣ 24 ਤੱਕ ਫਿਰ, ਅਤੇ 24 ਨੂੰ ਸਾਨੂੰ ਫਿਰ ਇੱਥੇ ਮਰਨ ਵਾਸਤੇ ਵੇਖਣਾ ਪਵੇ, ਕਿਉਂਕਿ ਜਿਹੜੇ 4 ਪਰਿਵਾਰ ਆ ਉਹ ਅੱਜ ਮਰਨ ਨੂੰ ਤਿਆਰ ਬੈਠੇ ਆ। ਕਾਰਨ ਕੀ ਆ? ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਉਹ ਤੰਗ ਪਰਿਵਾਰ ਤੰਗ, ਅਸੀਂ ਨਹੀਂ ਕਹਿੰਦੇ ਜਿਹੜੀ ਹੋਰ ਕੋਈ ਬਰਾਦਰੀ ਉਹ ਪਰੇਸ਼ਾਨ ਤੰਗ, ਉਹ ਵੀ ਸਾਡੇ ਭਰਾ ਹੀ ਆ, ਉਹ ਵੀ ਸਾਡੀਆਂ ਭੈਣਾਂ ਭਰਾ ਹੀ, ਪਰ ਜਿਹੜੇ ਇਹ ਗੱਲ ਕਿਤੇ ਨਾ ਕਿਤੇ ਪੁਲਿਸ ਪ੍ਰਸ਼ਾਸਨ ਦੀ ਲੈ ਕੇ ਕਹਿ ਲਓ, ਹੋਰ ਐਡਮਿਨਿਸਟ੍ਰੇਸ਼ਨ ਦੀ ਲੈ ਕੇ ਕਹਿ ਲਓ, ਜਿਹਦੇ ਕਰਕੇ ਸਾਡਾ ਫਗਵਾੜਾ ਸਟਾਫ ਜਿਹੜਾ ਸਟਾਫ ਫਗਵਾੜਾ ਭੋਗ ਰਿਹਾ, ਸਾਡੇ ਬਾਜ਼ਾਰਾਂ 'ਚ ਕੰਮ ਘੱਟ ਗਏ, ਦੂਜੇ ਸ਼ਹਿਰਾਂ ਵਾਲੀ ਅਸੀਂ ਸ਼ੋਪੇ ਕਰਨ ਉਹਨਾਂ ਨੂੰ ਤਿਆਰ ਨਹੀਂ, ਉਹਨਾਂ ਨੂੰ ਫਿਕਰ ਰਹਿੰਦਾ ਪਤਾ ਨਹੀਂ ਜਾਣ ਦਾ ਬਾਜ਼ਾਰ ਬੰਦ ਹੋ ਜਾਣ। ਇਹ ਗੱਲਾਂ ਜਿਹੜੀਆਂ ਆ ਅੰਦਰ ਬੈਠੇ ਪ੍ਰਸ਼ਾਸਨ ਕੰਟਰੋਲ ਕਰਨ ਵਾਲਾ ਸਾਡੀ ਜਿਹੜੀ ਅਸੀਂ ਤਿਆਰ ਹਾਂ, ਇਹ ਸਾਡੀ ਬੰਦਿਆਂ ਦੀ ਗਲਤੀ, ਸਾਨੂੰ ਬਿਠਾਓ ਕੁਛ ਕਰੋ ਉਹਨਾਂ ਦਾ, ਪਰ ਇਹਦਾ ਮਤਲਬ ਇਹ ਥੋੜ੍ਹਾ ਨਾ ਹੈਗਾ ਕਿ ਤੁਸੀਂ ਆਪਣੇ ਕੋਲੋਂ ਲਾਉਣ ਦੇ ਲਈ ਜਿਹਨੂੰ ਮਰਜ਼ੀ ਚੁੱਕੀ ਜਾਂਦੇ, ਜਿਹਨੂੰ ਮਰਜ਼ੀ ਐਕਸੀਡੈਂਟ ਲਈ ਜਾਂਦੇ, ਜਿਹਨੂੰ ਮਰਜ਼ੀ ਆਪਾਂ ਕਹਿੰਦੇ ਵੀ ਕ੍ਰਿਮੀਨਲ ਆ, ਇਹ ਚੀਜ਼ਾਂ ਬੰਦ ਨਹੀਂ ਹੋਈਆਂ। ਅਦਰਵਾਈਜ਼ 24 ਤੱਕ ਨਾ ਬੰਦ ਹੋਈਆਂ, ਆ 4 ਪਰਿਵਾਰ ਆ ਅਤੇ ਬਾਕੀ ਆ ਸ਼ਹਿਰ ਆ, ਸਾਰਾ ਹੀ ਮਰਨ ਮਰ ਕੇ ਬੈਠਣਾ, ਐਸੀ ਜਗ੍ਹਾ ਬੈਠਣਾ, ਇਹ ਤੁਹਾਨੂੰ ਇੱਥੇ ਦੱਸ, ਬਾਕੀ ਉਹ ਤੁਸੀਂ ਦੱਸ ਸਕਦੇ ਆ ਵੀ ਕੀ ਮੰਗਾਂ ਸਾਡੀਆਂ ਮੰਗ ਹੋਣੀਆਂ ਜਾਂ ਇਕੱਲੇ ਲਾਰੇ ਰਹਿਣੇ ਹੋਇਆ। ਉਹਦੇ ਵਿੱਚ ਨੋ ਡਾਊਟ ਸਾਡੇ ਸ਼ਹਿਰ ਦਾ ਹੀ ਨੁਕਸਾਨ ਹੋਇਆ, ਜੇ ਸਾਡਾ ਕੋਈ ਬੱਚਾ ਮਰਿਆ ਤਾਂ ਸਾਡੇ ਸ਼ਹਿਰ ਦਾ ਹੀ ਮਰਿਆ, ਕਿਸੇ ਬਗਾਨੇ ਦਾ ਨਹੀਂ ਮਰਿਆ। ਪਰ ਸਾਨੂੰ ਇਸ ਗੱਲ ਦੀ ਹੈਰਾਨੀ ਆ ਵੀ ਜਿਹੜਾ ਉਹ ਬੱਚਾ ਮਰਿਆ, ਜਿਹੜੀਆਂ FSL ਰਿਪੋਰਟਾਂ ਜੋ ਫੋਰੈਂਸਿਕ ਰਿਪੋਰਟਾਂ ਆਈਆਂ ਉਹਦੇ ਵਿੱਚ ਸਾਡੇ ਜਿਹੜੇ 4 ਬੰਦੇ ਲਾਇਸੈਂਸੀ ਹਥਿਆਰ ਸੀ ਉਹਨਾਂ 'ਚ ਉਹਨਾਂ ਦੀ ਗੋਲੀ ਮੈਚ ਨਹੀਂ ਕੀਤੀ। ਜੇ ਗੋਲੀ ਉਹਨਾਂ ਦੀ ਮੈਚ ਨਹੀਂ ਕੀਤੀ ਤਾਂ ਫਿਰ ਆਪ ਪੁਲਿਸ ਨੂੰ ਲੱਭਣੀ ਚਾਹੀਦੀ ਆ ਵੀ ਕਿਹਦੀ ਗੋਲੀ ਆ। ਇਹਦਾ ਮਤਲਬ ਇਹ ਨਹੀਂ ਹੈ ਵੀ ਜੇ ਅਸੀਂ ਬੋਲਦੇ ਨਹੀਂ ਤਾਂ 4 ਉਹੀ ਤੁਹਾਨੂੰ ਰੱਖੋ ਅੰਦਰ। ਇਹ ਉਹ ਇਨਕੁਆਇਰੀ ਕਰਨ, ਜੇ ਇਹਨਾਂ ਦੀ ਨਹੀਂ ਬਸਦੀ ਗੱਲ ਕਿਸੇ ਸੈਂਟਰ ਏਜੰਸੀ ਨੂੰ ਦੇ ਦੇਣ, ਉਹ ਗੱਲ ਲੱਭੀ ਜਾਵੇ ਗੋਲੀ ਹੈ ਕਿਹਦੀ ਆ। ਅਗਲੀ ਗੱਲ ਆ, ਜੇ ਸਾਡੇ ਇੱਥੇ ਜਿਹੜੇ ਪਤਵੰਤੇ ਬੈਠੇ ਆ ਪੋਲੀਟੀਕਲ ਲੀਡਰਾਂ ਦੇ ਉੱਤੇ 10 ਪਰਚੇ ਦਰਜ ਹੁੰਦੇ ਆ, 10 ਪਰਚੇ ਦਰਜ ਹੋਣ ਦਾ ਮਤਲਬ ਇਹ ਨਹੀਂ ਹੈਗਾ ਵੀ ਜੇ ਉਹਨਾਂ 'ਤੇ ਸਜ਼ਾ ਨਹੀਂ ਹੋਈ ਜਾਂ ਉਹਨਾਂ ਦਾ ਕੋਈ ਪੈਂਡਿੰਗ ਰਹਿ ਗਿਆ ਕੇਸ ਤਾਂ ਉਹ ਕ੍ਰਿਮੀਨਲ ਬਣ ਗਏ। ਨਾ ਤਾਂ ਸਾਡੇ ਬੰਦਿਆਂ 'ਤੇ ਕੋਈ ਪੈਂਡਿੰਗ ਕੇਸ, ਨਾ ਉਹਨਾਂ ਦੀ ਸਜ਼ਾ ਹੋਈ, ਜੇ ਹੋਏ ਜਾਂ ਤਾਂ ਬਰੀ ਹੋਏ ਆ ਜਾਂ ਕੇਸ ਕੈਂਸਲ ਹੋਇਆ। ਤਾਂ ਇਹਨਾਂ ਨੇ ਪੁਲਿਸ ਡਿਪਾਰਟਮੈਂਟ ਨੇ ਉਹਨੂੰ ਕ੍ਰਿਮੀਨਲ ਕਿਹੜੇ ਵਿਹਾਵ 'ਤੇ ਲਿਖਿਆ? ਜਿਹੜੇ ਵੀ ਵਿਅਕਤੀ ਲਿਖਿਆ ਉਹ 'ਤੇ ਸਾਨੂੰ ਕਾਰਵਾਈ ਚਾਹੀਦੀ ਹੈ। ਕਾਰਨ ਇੱਕ ਮਾਨਯੋਗ ਸਤਿਕਾਰਯੋਗ ਹਾਈ ਕੋਰਟ ਆ ਜਿਹੜਾ ਬੰਦੇ ਪ੍ਰਸ਼ਾਸਨ ਦੀ ਗਲਤੀ ਕਰ ਰਹੇ, ਜੇ ਉਸਦੇ ਪੁਲਿਸ ਪ੍ਰਸ਼ਾਸਨ ਆਪਣੀ ਸਹੀ ਡਿਊਟੀ ਨਿਭਾਉਂਦੀ ਨਾ ਤੇ 2 ਧਿਰਾਂ ਲੜਦੀਆਂ ਹੋਣਾ। ਇਹ ਲੜਾਈਆਂ ਵੀ ਪੁਲਿਸ ਨੇ, ਹੁਣ ਗੁੰਮਰਾਹ ਵੀ ਪੁਲਿਸ ਕਰ ਰਹੀ ਆ, ਸਾਡੇ ਬੱਚਿਆਂ ਨੂੰ ਗਲਤ ਵੀ ਪੁਲਿਸ ਕਹਿ ਰਹੀ ਆ। ਅਸੀਂ ਬਹੁਤ ਦੁਖੀ ਹੋ ਚੁੱਕੇ ਆ, ਰਿਕੁਐਸਟ ਆ, ਬੇਨਤੀ ਆ, ਅਸੀਂ ਹੱਥ ਜੋੜ ਕੇ ਤੁਹਾਡੇ ਕੋਲ ਬੇਨਤੀ ਕਰ ਰਹੇ ਹਾਂ ਇਸ ਟਾਈਮ ਕਿ ਸਾਡੀਆਂ ਸੁਣਵਾਈਆਂ ਕਰੋ, ਸਾਡੇ ਬੱਚਿਆਂ ਨੂੰ
ਕ੍ਰਿਮੀਨਲ ਬਣਨ ਦੇ ਵਿੱਚ ਮਜਬੂਰ ਨਾ ਕਰੋ ਸਾਡੇ ਬੱਚੇ, ਉਹ ਚੋਰੀ 'ਚ ਨਹੀਂ ਫਸਿਓ। ਲਿਆਵਾਂਗੇ, ਜੋ ਤੁਸੀਂ ਲਿਖਿਆ ਉਹ ਮੈਨੂੰ ਪਤਾ ਨਹੀਂ, ਉਹ ਜਦੋਂ ਤੁਸੀਂ ਮੰਗ ਪੱਤਰ ਦਿਓਗੇ ਅਤੇ ਅਸੀਂ ਸਾਰਾ SP ਸਾਹਿਬ ਜਾਂ ਜਿੰਨੇ ਹੋਰ ਜ਼ਿੰਮੇਵਾਰ ਬੰਦੇ ਨੇ ਅਸੀਂ ਸਾਰੇ ਮੈਡਮ DC ਨੂੰ ਔਰ SSP ਸਾਹਿਬ ਦੇ ਧਿਆਨ 'ਚ ਲਿਆਵਾਂਗੇ ਵੀ ਆਹ ਉਹਨਾਂ ਦੀਆਂ ਮੰਗਾਂ ਨੇ, ਅਤੇ ਅਸੀਂ ਭਰੋਸਾ ਦਿਵਾਉਂਦੇ ਹਾਂ ਵੀ ਜਿਹੜੀਆਂ ਵੀ ਜਾਇਜ਼ ਗੱਲਾਂ ਨੇ ਤੁਹਾਡੇ ਅਨੁਸਾਰ ਜੋ ਵੀ ਗੱਲਾਂ ਜੋ ਸੱਚ ਆ ਉਹ ਸਾਹਮਣੇ ਆਊਗਾ, ਔਰ ਮੈਡਮ ਨੂੰ ਅਸੀਂ ਜਿਹੜਾ ਵਿਸ਼ਵਾਸ 'ਚ ਲੈ ਕੇ ਸਰ ਤੁਹਾਡਾ ਮੰਗ ਪੱਤਰ ਜਿਹੜਾ ਦਿੰਦੇ ਹਾਂ, ਔਰ ਮੈਨੂੰ ਨਹੀਂ ਲੱਗਦਾ ਕਿ ਦੁਬਾਰਾ ਨੌਬਤ ਆਊਗੀ ਇਸ ਤਰ੍ਹਾਂ ਤੁਹਾਨੂੰ ਧਰਨੇ 'ਚ ਪੈਣ। ਆਪਾਂ ਨਾ ਕੋਈ ਫਾਲਤੂ ਗੱਲ ਕਰੀਏ।